ਲਾ ਕਾਵਾਂ ਹਾਏ ਪਰਦੇਸੀਆ ਕਾਵਾਂ ਮਾੜਾ ਕੋਣੇ ਆਸੀ ਆੜੀ ਦੀ ਚੋਟੀ ਕਾਲਿਆਂ ਕਾਵਾਂ ਦਾ ਡੇਰਾ ਆੜੀ ਦੀ ਚੋਟੀ ਕਾਲਿਆਂ ਕਾਵਾਂ ਦਾ ਡੇਰਾ ਉਡੋਰ ਕਾਵਾਂ ਮਾੜਾ ਕੋਣੇ ਆਸੀ। ਅਸਲਾਮ ਵਾਲੇਕੁਮ ਜੀ, ਉਮੀਦ ਕਰਦਾ ਤੁਸੀਂ ਸਾਰੇ ਲੋਕ ਠੀਕ ਠਾਕ ਹੋ ਸੋ, ਤਬੀਅਤ ਠੀਕ ਹੋ ਸੀ ਤੁਸੀਂ, ਤੇ ਆਪਣੇ ਆਪਣੇ ਕੰਮਾਂ ਵਿੱਚ ਮਸਰੂਫ ਹੋ ਸੋ, ਤੇ ਖਾਸ ਕਰ ਵਾਸਤੇ ਉਹ ਲੋਕ ਜਿਹੜੇ ਦਿਆਰ ਗੈਰ ਵੀ ਬੈਠੇ ਦਿਨ ਮਿਡਲ ਈਸਟ ਜਾਂ ਮੁਖਤਲਿਫ ਮਾਲਕ ਵੀ ਬੈਠੇ ਦਿਨ, ਉਹਨਾਂ ਕੋਲ ਆਪਣੇ ਗਰਾਵਾਂ ਦੀ, ਆਪਣੇ ਵਤਨਾਂ ਦੀ, ਆਪਣੇ ਦੇਸ਼ ਦੀ ਤਾਂ ਜ਼ਰੂਰ ਯਾਦ ਆਉਂਦਾ ਸੀ, ਤੇ ਉਹਨਾਂ ਵਾਸਤੇ ਅੱਜ ਦਾ ਖਾਸ ਪ੍ਰੋਗਰਾਮ ਕਿਨ ਕੇ ਆਇਆ। ਜ਼ਿਮੀਦਾਰ ਭਰਾਵਾਂ ਨਾਲ ਅਸੀਂ ਪ੍ਰੋਗਰਾਮ ਕਰਸਾਂ, ਦੌਰ ਬਦਲ ਗਏ ਜੀ, ਹਾਲਾਤ ਬਦਲ ਗਏ, ਲੋਕਾਂ ਦੇ ਖਿਆਲਾਤ ਬਦਲ ਗਏ, ਲੇਕਿਨ ਨਾ ਬਦਲੇ ਤਾਂ ਵਾਸਤੇ ਗ੍ਰਾਮ ਵਿੱਚ ਜ਼ਿਮੀਦਾਰ ਭਰਾਵਾਂ ਦੇ ਕੰਮ ਨਾ ਬਦਲੇ, ਲੋਕਾਂ ਦੇ ਕੰਮ ਨਾ ਬਦਲੇ। ਮਕਈਆਂ ਛਿਲੀਆਂ ਜਾ ਰਹੀਆਂ, ਮਕਈਆਂ ਕੁੱਟੀਆਂ ਜਾ ਰਹੀਆਂ, ਕੋਟੀਆਂ ਹੋ ਰਹੀਆਂ ਜੀ, ਲੇਤਰੀਆਂ ਹੋ ਰਹੀਆਂ, ਕਾ ਆ ਰਹੇ, ਰਚੇ ਜਾ ਰਹੇ, ਘਾੜੀਆਂ ਹੋ ਰਹੀਆਂ, ਘਾੜੇ ਹੋ ਰਹੇ, 13 ਆਖਦੇ ਜੀ ਮਕਈਆਂ ਅੱਛੀਆਂ ਹੋਈਆਂ। ਉਸ ਦੀ ਵਜ੍ਹਾ ਇਹ ਹੈ ਕਿ ਬਾਰਿਸ਼ਾਂ ਕੁਝ ਟਾਈਮਾਂ ਨਾਲ ਹੋਈਆਂ, ਸਾਵਣ ਜਿਹੜਾ ਜੀ ਭਰਦਾ ਰਿਹਾ, ਸਾਵਣ ਜਦੋਂ ਭਰਾ ਨਾ ਤਾਂ ਫਿਰ ਮਕਈਆਂ ਅੱਛੀਆਂ ਹੋ ਜੂਦੀਆਂ। ਪਿਛਲੇ ਸਾਲ ਮਕਈਆਂ ਮੁੱਚ ਅੱਛੀਆਂ ਨੇ ਆਸੀਆਂ, ਤਾਂ 13 ਮਕਈ ਮੁੱਚ ਅੱਛੀ ਹੈ। ਅਤੇ ਮਸ਼ਹੂਰ ਜ਼ਮਾਨਾ ਕਿਰਦਾਰ ਆਜੀ ਸਾਹਿਬ ਹਮੇਸ਼ਾ ਸਪੈਸ਼ਲਿਸਟ ਦੇ ਤੌਰ 'ਤੇ ਉਸ ਪ੍ਰੋਗਰਾਮ ਵਿੱਚ ਹਿੱਸਾ ਕਹਿੰਦੇ ਨੇ। ਆਜੀ ਸਾਹਿਬ ਅਸਾਂ ਨਾਲ ਜੀ, ਆਜੀ ਸਾਹਿਬ ਟਰੋ ਬਿਸਮਿਲਾ ਇੱਥੇ ਨਾਲ ਆਓ, ਅੱਜ ਆਜੀ ਸਾਹਿਬ ਨਾਲ ਗੱਪਸ਼ੱਪ ਵੀ ਕਰਦੇ ਹਾਂ ਤਾਂ ਹਾਲਾਤ ਦੇ ਬਾਰੇ ਵਿੱਚ ਜਾਣਦੇ ਹਾਂ। ਆਜੀ ਸਾਹਿਬ ਤੁਸੀਂ ਕੋ ਖੁਸ਼ ਆਮਦੇਦ। ਵਾਲੇਕੁਮ ਸਲਾਮ ਜੀ, ਅੱਲਾ ਪਾਕ ਦੇ ਸਾਨੇ ਆਏ। ਆਜੀ ਸਾਹਿਬ ਮੁਕ ਜ਼ਰਾ ਇਹ ਦੱਸ ਛੋੜੋ ਜੀ ਕਿ 13 ਮਕਈ ਕੁਝ ਸੁਣਿਆ ਸਹੀ ਹੋਈ? ਮਾਸ਼ਾ ਅੱਲਾ ਜੀ, ਅਸੋਂ ਇਸ ਦਫ਼ਾ ਮਕਈਆਂ ਵੀ ਅੱਛੀਆਂ ਹੋ ਗਈਆਂ, ਫਸਲ ਬੜੇ ਅੱਛੇ। ਪਿਛਲੀ ਦਫ਼ਾ ਅਸੋਂ ਮਕੀ ਕਮ ਹੋ ਗਈ ਜੀ, ਇਸ ਦਫ਼ਾ ਕੋਈ ਬਾਰਿਸ਼ ਹੋ ਗਈ ਸਵੇਰਾ ਨਾਲ, ਹੈ ਜੀ, ਤੇ ਸਾਵਣਾ ਵਿੱਚ ਅੱਛੀ ਬਾਰਿਸ਼ ਹੋ ਗਈ। ਅੱਛਾ, ਤੇ ਉਸ ਵਿੱਚ ਜਿਹੜਾ ਆਇਆ ਤਾਂ ਫਸਲ ਬੜਾ ਬਿਹਤਰ ਰਹਿ ਗਿਆ, ਕਿਉਂਕਿ ਅਸਾਂ ਦਾ ਆਪੀ ਜ਼ਮੀਨ ਹੈ, ਮਹਿਰਸ ਤੇ ਖਤਮ ਹੋ ਗਿਆ। ਅਸਾਂ ਮਹਿਰ ਜਿਹੜਾ ਨਾ ਜੀ, ਕਾਫੀ ਸਾਰਾ ਡੈਮੇਜ ਹੈ, ਤਕਰੀਬਨ 10 ਲੱਖ ਰੁਪਏ ਦਾ ਉਸਦਾ ਖਰਚਾ। ਨਾ, ਇਹ ਤਾਂ ਬਾਕੀ ਗ੍ਰਾਮਾਂ ਦੇ ਵੀ ਉਹ ਹਾਲਾਤ ਹੈ ਜੀ। ਗ੍ਰਾਮ ਵਿੱਚ ਪਰ ਤੁਸੀਂ ਜਿਹੜੇ ਵੀ ਗ੍ਰਾਮ ਵਿੱਚ ਜੁਲਸੋ ਆਖਦੇ ਜੀ, ਹੁਣ ਉਹਦੇ ਨਾ ਰਹੇ ਜੀ, ਲੋਕਾਂ ਕੋਲ ਟਾਈਮ ਨਹੀਂ, ਲੋਕ ਮਸਰੂਫ ਹੋ ਗਏ ਨੌਕਰੀਆਂ ਵਿੱਚ, ਨਵੇਂ ਜਨੇ ਕੰਮ ਨਹੀਂ ਕਰਦੇ, ਹੁਣ ਪੁਰਾਣੇ ਜਿਹੜੇ ਬੁੱਢੇ ਬੜੇ ਨੇ ਉਹ ਵਿਚਾਰੇ, ਜ਼ਾਹਿਰ ਹੈ ਹੁਣ ਲੱਗਾ ਵੀ ਦਰਦ ਹੈ, ਆਪਣਾ ਵੀ ਜਾਣ ਦਿਨ ਖਾ ਛੋੜ ਦੇਣ ਜੀ, ਤਾਂ ਮਤਲਬ ਹੈ ਬਾਕੀ ਤਾਂ ਦਿੱਤੇ ਹੀ ਨਹੀਂ। ਅਸਲ ਗੱਲ ਇਹ, ਅਸੀਂ 50-55 ਸਾਲ ਦੀ ਉਮਰ ਵਿੱਚ ਜਿਹੜੇ ਕੋਈ ਕਰ ਸਕਦੇ ਹਾਂ ਕਰਦੇ ਹਾਂ, ਬਕਾਇਆ ਅਸਾਂ ਤੋਂ ਬਾਅਦ ਤਾਂ ਕਈ ਨਹੀਂ ਕਰਨਾ, ਨਾ ਕਾ ਜਮਣਾ, ਇਹ ਗੱਲ ਵੀ ਬਸ ਹੋਰ ਕੇਜ ਵੀ ਨਹੀਂ ਹੈ ਤੇ ਸਮਝ। 13 ਫਿਰ ਕਾ ਦਾ ਕੇ ਕਾ ਕੋ ਸਹੀ ਹੈ ਜਾਂ ਬੜਾ ਅੱਛਾ ਰਿਹਾ ਇਸ ਦਫਾ ਤਾਂ ਬਾਰਸ਼ਾਂ ਦੀ ਵਜ੍ਹਾ ਤੋਂ, ਬਾਰਸ਼ਾਂ ਦੀ ਵਜ੍ਹਾ ਤੋਂ ਅਸੀਂ ਹੁਣ ਇਹ ਰੱਟ ਕਰ ਰਹੇ ਹਾਂ, ਅਸੀਂ ਬੰਦੇ ਲਾਏ ਦੇਣ ਅਸਾਂ ਢੋਣੇ ਵਾਸਤੇ ਸਲੱਡ ਨਾਲ, ਤੇ ਨਾਲ ਮਤਲਬ ਸਲੱਡ ਮੇ ਖੁਦ ਰਚਣ ਲੱਗਾ ਦਾ, ਖੁਦ ਰਚ, ਤੇ ਅਸਾਂ ਦਾ ਬਾਈ ਦਾਜ ਜਿਹੜਾ ਹੈ ਨਾ ਜੀ, ਅਸਾਂ ਸਖਾਫਤੀ ਹੈ ਜੀ, ਇਹ ਕੀ ਹੈ ਹਾਂ ਜੀ, ਅਸਾਂ ਵਿਰਸੇ ਵੀ ਮਿਲਿਆ, ਵਿਰਸੇ ਵੀ ਮਿਲਿਆ, ਦੱਸੋ ਇਹ ਤਾਂ ਕਰਨਾ ਹੀ ਹੈ, ਕਾਰ ਸੂਰਤ ਕਰਨਾ ਚਾਰਾ। ਅਸੀਂ ਫਸਲ ਚੇਂਜ ਕੀ ਨਾ ਕਰਦੇ ਹਾਂ, ਕੀ ਮਸਲਾ ਉਹੀ ਰਤੀ ਮਕਈ ਚਿੱਟੀ ਮਕਈ, ਅਸੀਂ ਚੇਂਜ ਨਾ ਕਰ ਸਕਦੇ ਹਾਂ, ਦੂਸਰੀ ਫਸਲ ਦਾ ਤਜਰਬਾ ਨਹੀਂ ਹੈ। ਅਸਤਾ ਇੱਕ ਸਾਲ ਦਾ ਇਹ ਟੋਟਲ, ਅਸੋਂ ਸਾਲਾਨਾ ਵਿੱਚ ਇੱਕ ਹੀ ਫਸਲ ਮਿਲਦਾ ਹੈ ਮਕੀ ਦੀ। ਅੱਛਾ, ਅਸੀਂ ਕਣਕ ਨਹੀਂ ਆਉਂਦੀ, ਇੱਥੇ ਸਰਦੀ ਹੈ, ਬਰਫ਼ ਪੈਂਦੀ ਹੈ, ਬਰਫ਼ਬਾਰੀ ਆਉਂਦੀ ਹੈ, ਤਾਂ ਬਹੁਤ ਜ਼ਿਆਦਾ, ਬਿਲਕੁਲ ਜਾਇਜ਼ ਹੈ। ਮੈਂ ਹਾਜੀ ਸਾਹਿਬ ਸਮੇਤ ਬਾਕੀ ਵਾਸਤੇ ਜਿਹੜੇ ਕਸ਼ਮੀਰ ਨੀਲਮ ਵੈਲੀ ਦੇ ਮੁਖਤਲਿਫ ਗ੍ਰਾਮ ਵਿੱਚ ਰਹਿਣ ਵਾਲੇ ਜ਼ਿਮੀਦਾਰ ਲੋਕ ਹਨ, ਉਹਨਾਂ ਦੀ ਮਾਲੂਮਾਤ ਵਿੱਚ ਇਜ਼ਾਫਾ ਕਰ ਛੁਣਾ, ਇੱਥੇ ਆਸਤੀ ਵੈਲੀ ਵਿੱਚ ਮਹਿਕਮਾ ਜ਼ਰਾਤ ਵੀ ਹੈ। ਹਾਂਜੀ, ਤੁਸੀਂ ਕੋ ਪਤਾ ਹੈ? ਹਾਂਜੀ, ਬਿਲਕੁਲ ਪਤਾ ਹੈ, ਮਹਿਕਮਾ ਜ਼ਰਾਤ ਵਾਲੇ ਵੀ ਹਨ, ਦੁਨੀਆ ਜਾਣ ਦੇ, ਮਤਲਬ ਮੈਂ ਕੁਝ ਨਾ ਆਖਦਾ ਹਾਂ, ਉਹ ਫਿਰ ਨਾਰਾਜ਼ ਹੋ ਜਾਂਦੇ ਨੇ, ਆਖਦੇ ਜੀ ਤੁਸੀਂ ਅਸਾਂ ਬੁਰਾ ਬਲਾ ਕੇ ਆਖਦੇ, ਤਾਂ ਤੁਸਾਂ ਕਿਹੜਾ ਕੋਈ ਅੱਛਾ ਕੰਮ ਕੀਤਾ? ਮਕਈਆਂ ਕੋ ਰਹੀ ਲੱਗ ਗਈ, ਆਰੂ ਜਿਹੜੇ ਹੁੰਦੇ ਅਸੀਂ ਮੁੱਕ ਕੇ, ਬਟੰਗ ਜਿਹੜੇ ਫਸਲ ਘੱਟ ਹੋ ਗਈ, ਸੇਬਾ ਕੋ ਕੀੜਾ ਖਾ ਗਿਆ, ਬਟੰਗ ਡੇ ਬਾਈ ਡੇ ਘੱਟੇ ਜੁਲਦੇ ਨੇ, ਤਾਂ ਮਹਿਕਮਾ ਜ਼ਰਾਤ ਵਾਲੇ ਇਸ ਦਾ ਤਹਿਕੀਕ ਕਰਨ, ਉਹ ਕੰਮ ਕਰਨ ਨਾ ਜੀ। ਅਸਲ ਜੀ ਖੋੜੀਆਂ ਵੀ ਨਹੀਂ ਫਲ ਰਹੀਆਂ, ਅਸਲ ਟੋਕ ਛੋੜੀਆਂ ਨਹੀਂ ਆਉਣ, ਟੋਕ ਛੋੜੀਆਂ ਦੇਖੋ ਤੇ ਅਫਲ ਜ਼ਿਆਦਾ ਹੋ ਗਿਆ ਮਕਈਆਂ ਵਿੱਚ, ਜ਼ਿਆਦਾ ਹੋ ਗਿਆ, ਹਾਲਾਂਕਿ ਬਾਰਿਸ਼ਾਂ ਅੱਛੀਆਂ ਹੋਈਆਂ, ਫਸਲ ਮੁੱਝ ਜ਼ਿਆਦਾ ਹੋਣੀ ਚਾਹੀਦੀ ਸੀ, ਜਿੱਥਾ 20-25 ਮਣ ਹੁੰਦੀ ਸੀ, ਉਥਾ ਇਸ ਦਫਾ 30 ਮਣ ਹੈ, 30 ਮਣ ਹੈ, ਲੇਕਿਨ ਹੋਣੀ 40 ਮਣ ਚਾਹੀਦੀ, ਬਿਲਕੁਲ, ਸੋ ਖਾਦ ਵੀ ਨਹੀਂ ਮਿਲ ਰਹੀ ਨਾ, ਜ਼ਿਮੀਦਾਰ ਆਪਣੀ ਖਾਦ ਪਾਉਂਦੇ ਆ, ਹਾਂ ਇਹ ਆਪਣੀ, ਚਲੋ ਖਾਦ ਦੀ ਮੈਂ ਗੱਲ ਨਾ ਕਰਦਾ, ਲੇਕਿਨ ਕਮ ਸੇ ਕਮ ਤਹਿਕੀਕ ਕਰਾ ਜੀ, ਮਹਿਕਮਾ ਜ਼ਰਾਤ ਨੀਲਮ ਵੈਲੀ, ਬਾਕੀ ਵੀ ਕਸ਼ਮੀਰ ਦੇ ਮੁਖਤਲਿਫ ਇਲਾਕਿਆਂ ਵਿੱਚ ਜਿਹੜਾ ਮਹਿਕਮਾ ਜ਼ਰਾਤ ਹੈ, ਇੰਤਹਾਈ ਫਜ਼ੂਲ ਬੈਠੇ ਦਿਨ ਜੀ, ਹੀਟਰ ਸਰਦੀਆਂ ਆਈਆਂ ਤਾਂ ਹੀਟਰ ਲਾ ਕੇ ਦਿਨ, ਗਰਮੀਆਂ ਆਈਆਂ ਤਾਂ ਏਸੀ ਵਾਲੇ ਕਮਰੇ ਵਿੱਚ ਜੁਲਦੇ ਨੇ, ਤੁਸੀਂ ਕਰਦੇ ਕਿਉਂ ਯਾਰ? ਇਸ ਦੇਖੋ ਜ਼ਿਮੀਦਾਰ ਭਰਾਵਾਂ ਦੇ ਮਾਮਲਾਤ ਕੋ ਤੁਸੀਂ ਹੋਰ ਕਿਸ ਨਹੀਂ ਤਾਂ ਟੇਬਲਾਂ ਤਾਂ ਡਿਸਕਸ ਤਾਂ ਜ਼ਰੂਰ ਕਰੋ। ਹਾਜੀ ਸਾਹਿਬ ਬੜੀ ਮਿਹਰਬਾਨੀ, ਤੁਸੀਂ ਆਪਣਾ ਸਲੱਡ ਰਸਤੇ, ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਠੀਕ ਹੈ ਜੀ। ਹਾਜੀ ਸਰਵਰ ਸਾਹਿਬ ਅਸਾਂ ਨਾਲ ਹਮੇਸ਼ਾ ਤੋਂ ਆਪਣੀ ਐਕਸਪਰਟੀਜ਼ ਦੇਣ ਵਾਸਤੇ ਮੌਜੂਦ ਰਹਿੰਦੇ ਨੇ, ਗ੍ਰਾਮਾਂ ਦੇ ਹਾਲਾਤ ਹੈ ਤੁਸੀਂ ਸਾਹਮਣੇ, ਹਾਲਾਂਕਿ ਇਸ ਦਫ਼ਾ ਜ਼ਿਮੀਦਾਰ ਭਰਾ ਵਾਸਤੇ ਖੁਸ਼ ਹਨ, ਲੇਕਿਨ ਦੂਈ ਤਰਫ ਅਗਰ ਫਰੂਟ ਦੀ ਗੱਲ ਕੀਤੀ ਜੁਲਾ, ਤਾਂ ਫਰੂਟ 13 ਬਿਲਕੁਲ ਨਹੀਂ ਹੋਇਆ, ਰਹੀ ਲੱਗੀ ਹੈ ਜੀ, ਆਰੂ ਮੁੱਕਿਆ, ਤੇ ਖੋੜਾਂ ਕੋ ਆਖਦੇ ਜੀ, ਖੋੜ ਵੀ ਇਸ ਦਫ਼ਾ ਘੱਟ ਹੋ ਗਏ, ਕੀੜਾ ਲੱਗ ਗਿਆ। ਮਹਿਕਮਾ ਜ਼ਰਾਤ ਵਾਲੇ ਜਿਹੜੇ ਖਾਸ ਕਰ ਨੀਲਮ ਵੈਲੀ ਦਾ ਜਿਹੜਾ ਮਰਕਜ਼ੀ ਦਫ਼ਤਰ ਹੈ, ਮੈਂ ਉਹਨਾਂ ਕੋਈ ਗੱਲ ਜ਼ਰੂਰ ਰੱਖ ਸਾਂ ਕਿ ਤੁਸੀਂ ਇਸ ਦਾ ਤਹਿਕੀਕ ਕਰੋ, ਹੋਰ ਨਹੀਂ ਤਾਂ ਗ੍ਰਾਮਾਂ ਵਿੱਚ ਚੱਕਰ ਮਾਰ ਕੇ ਨਾ, ਤੁਸਾਂ ਕੋਲ ਅਗਰ ਪੈਟਰੋਲਾਂ ਦੇ ਪੈਸੇ ਨਹੀਂ ਤਾਂ ਭਰਾ ਤੁਸੀਂ ਹਾਜ਼ਰ ਹੈ, ਇਨਸ਼ਾਅੱਲਾ ਤੁਸਾਂ ਕੋ ਨਗਦ ਦੇਸਾਂ, ਆਪਣੀ ਗੱਡੀ ਵੀ ਪੈਟਰੋਲ ਸ਼ਟਰੋਲ ਤੁਸੀਂ ਬਾਲ ਕੇ ਨਾ, ਜੇ ਕੰਮ ਵੀ ਨਾ ਘਰ ਰੱਖਦੇ ਹੋ ਤਾਂ ਫਿਰ ਤੁਸੀਂ ਬੈਠੇ ਰਹੋ, ਅਸੀਂ ਵੀ ਫਿਰ ਬੈਠੇ ਰਹੇ, ਅਸਾਂ ਕੀ ਹੈ ਕਿ
فصل زیادہ ہوا ہے دانہ سا کول کھلا ہوا ہے تے ہن مہنگا بھی ہو گیا ہے پاکستان بھر تو مختلف کمپنیز کشمیر وچ آ کے لوگوں نال رابطے کر رہی ہیں کہ جی تسی یہ کرو کہ مکئی اساں کو دیو اسی اس تے پاپ کارنز بناواں پوری دنیا وچ مختلف پروڈکٹ مکئی تو تیار ہوندی ہیں اس تے بھی کم ہونے والا انشاءاللہ وقتن فوقتن تساں کو آگاہ کر دے رہے اساں اج دے پروگرام تو اجازت دیو انشاءاللہ دوبارہ نئی کسی جگہ تے نئے ذمہ دار بھراواں نال حاضر ہونے ہاں اللہ دے والے دیتی آتاں